ਨਾਂ ਤੁਹਾਡਾ ਜੀ? ਮੇਰਾ ਨਾਂ ਤਰਫੇਮ ਕੁਮਾਰ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅੱਜ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਹੈ ਬੰਦ ਦੀ। ਅਸੀਂ ਕਹਿਣਾ ਚਾਹੁੰਦੇ ਵੀ ਬਹੁਤ ਵਧੀਆ ਗੱਲ ਹੈ, ਪ੍ਰਧਾਨ ਮੰਤਰੀ ਜੀ ਦੇਸ਼ ਨੂੰ ਮਤਲਬ ਕਿ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਦੇਸ਼ ਨੂੰ ਬਿਮਾਰੀ ਤੋਂ ਬਚਣ ਲਈ, ਇਸ ਬਿਮਾਰੀ ਤੋਂ ਬਚਣ ਲਈ, ਇਸ ਮਹਾਂਮਾਰੀ ਤੋਂ ਬਚਣ ਲਈ ਅਲਰਟ ਕੀਤਾ। ਡਾਕਟਰ ਹਰਸ਼ਵਰਧਨ ਜੀ ਦੇ ਮਿਹਨਤ ਸਦਕਾ ਉਹਨਾਂ ਦੇ ਨਿਸ਼ਾਨਦੇਹੀ 'ਤੇ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਅਤੇ ਲੋਕ ਉਸ 'ਤੇ ਸਹਿਯੋਗ ਦੇ ਰਹੇ ਨੇ। ਜੇ ਪੱਤਰਵੰਡੀ ਸਾਹਿਬ 'ਚ ਗੱਲ ਕਰੀਏ ਤਾਂ ਸਾਨੂੰ ਬਾਜ਼ਾਰ 'ਚ ਖੜ੍ਹੇ ਹਾਂ ਆਪਾਂ, ਮੇਨ ਬਾਜ਼ਾਰ ਦੇ ਵਿੱਚ ਕਿੰਨਾ ਕੁ ਦੁਕਾਨਾਂ ਬੰਦ ਨੇ? ਦੁਕਾਨਾਂ ਸਾਰੀਆਂ ਟੋਟਲ ਬੰਦ ਹੈ ਜੀ, ਲੋਕ ਸਹਿਯੋਗ ਦੇ ਰਹੇ ਨੇ ਇਸ ਅਪੀਲ ਦਾ। ਇਕੱਲੇ ਮੈਡੀਕਲ ਸਟੋਰ 'ਤੇ ਅਸੀਂ ਦਵਾਈ ਲੈਣ ਆਏ ਹਾਂ ਮੌਕੇ 'ਤੇ, ਇੱਥੇ ਹੀ ਖੜ੍ਹੇ ਹਾਂ, ਬਾਕੀ ਸਾਰਾ ਬਾਜ਼ਾਰ ਸਾਡਾ ਬੰਦ ਹੈ, ਕੋਈ ਮਤਲਬ ਕਿ ਲੋਕਾਂ 'ਚ ਕੋਈ ਅਜਿਹੀ ਹਿਲਜੁਲ ਹੈ ਨਹੀਂ ਜੀ। ਹਾਂਜੀ, ਪਰ ਅਰੁਣ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਕੋਰੋਨਾ ਮਹਾਂਮਾਰੀ ਕਿਤੇ ਨਾ ਕਿਤੇ ਵੱਡੇ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ 'ਤੇ, ਹਾਂਜੀ, ਡਾਕਟਰ ਹਰਸ਼ਵਰਧਨ ਜੀ ਸਿਹਤ ਮੰਤਰੀ, ਸੈਂਟਰ ਸਰਕਾਰ, ਹਾਂਜੀ, ਕੈਪਟਨ ਅਮਰਿੰਦਰ ਸਿੰਘ ਜੀ, ਹਾਂਜੀ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਜੀ ਪੰਜਾਬ ਸਰਕਾਰ, ਹਾਂਜੀ, ਦੇ ਦਿਸ਼ਾ ਨਿਰਦੇਸ਼ ਦੇ ਰਾਹੀਂ, ਹਾਂਜੀ, ਜੇ ਇਹ ਬੰਦ ਰੱਖਿਆ ਗਿਆ ਹੈ ਉਹਦੇ ਸੰਬੰਧ 'ਚ ਅਸੀਂ ਇੱਥੇ ਮੈਡੀਕਲ ਸਟੋਰ 'ਤੇ ਆਏ। ਜੇ ਆਪਾਂ ਮੰਦਰ ਆਪਣੇ ਸਾਹਮਣੇ ਮੰਦਰ ਵੀ ਬੰਦ ਹੈ, ਕਿਤੇ ਨਾ ਕਿਤੇ ਲੋਕ ਸ਼ਰਧਾ 'ਚ ਵੀ ਮਤਲਬ ਸਹਿਯੋਗ ਦੇ ਰਹੇ ਆ, ਮੰਦਰ ਕਮੇਟੀ ਸਹਿਯੋਗ ਦੇ ਰਹੀ ਹੈ, ਪੰਡਿਤ ਜੀ ਸਹਿਯੋਗ ਦੇ ਰਹੇ ਆ। ਜੀ ਜੀ, ਉਹਦੇ ਦਿਸ਼ਾ ਨਿਰਦੇਸ਼ ਹੀ ਮੰਦਰ ਬੰਦ ਰੱਖਿਆ ਗਿਆ ਹੈ ਅੱਜ ਦੇ ਦਿਨ ਵਾਸਤੇ। ਜੀ ਜੀ, ਤਾਂ ਕਿ ਇਹ ਜਿਹੜੀ ਇੱਕ ਬਿਮਾਰੀ ਹੈ ਇਹ ਫੈਲਣ ਤੋਂ ਰੋਕਿਆ ਜਾਵੇ, ਵੱਧ ਤੋਂ ਵੱਧ ਸਹਿਯੋਗ। ਦੇਖੋ, ਇਹਦੇ ਵਿੱਚ ਜਨਤਾ ਕਰਫਿਊ ਦਾ ਅੱਜ ਐਲਾਨ ਕੀਤਾ ਹੋਇਆ, ਇਹਦੇ ਵਿੱਚ ਅਸੈਂਸ਼ਲ ਕਮੋਡਿਟੀਜ਼ ਦੀ ਜਿਹੜੀ ਸ਼ੋਪਸ ਹੈਗੀ, ਮੈਡੀਕਲ ਸ਼ੋਪਸ ਜਾਂ ਹੋਰ ਜਿਹੜੀ ਡੇਲੀ ਲਾਈਫ ਦੇ ਵਿੱਚ ਯੂਜ਼ ਹੋਣ ਵਾਲੀ ਚੀਜ਼ਾਂ ਹੈਗੀਆਂ, ਉਹਨਾਂ ਦੀ ਸ਼ੋਪ ਨੂੰ ਛੱਡ ਕੇ ਆਲਮੋਸਟ ਬਾਕੀ ਲੋਕਾਂ ਨੇ ਵਲੰਟੀਅਰਲੀ ਜਿਹੜੀ ਹੈਗੀ ਦੁਕਾਨਾਂ ਬੰਦ ਕੀਤੀਆਂ ਹੋਈਆਂ। ਸਾਡੀ ਡਿਊਟੀ ਜਿਹੜੀ ਹੈਗੀ ਆ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ, ਕਿਸੇ ਸ਼ਰਾਰਤੀ ਬੰਦੇ ਵੱਲੋਂ ਕੋਈ ਅਨਸਕਾਮੀ ਘਟਨਾ ਜੇ ਇੰਜਾਮ ਨਾ ਦਿੱਤਾ ਜਾਵੇ, ਇਸ ਕਰਕੇ ਸਾਡੇ ਵੱਲੋਂ ਪੂਰੀ ਮਸੈਜ ਨਾਲ ਜਿਹੜੀ ਡਿਊਟੀ ਦਿੱਤੀ ਜਾਵੇ। ਜਾਂ ਜ਼ਰੂਰੀ ਖਾਣ ਪੀਣ ਦੀਆਂ ਵਸਤਾਂ ਜੀ ਤਲਵੰਡੀ ਸਾਬੋ ਸ਼ਹਿਰ 'ਚ ਆਵਾਜਾਈ ਹੋਈ, ਜਿਵੇਂ ਦੁੱਧ ਵਗੈਰਾ ਬੇਚ, ਹਾਂਜੀ, ਉਹ ਅਸੈਂਸ਼ੀਅਲ ਕਮੋਡਿਟੀਜ਼ ਦੀ ਜਿਹੜੀ ਹੈਗੀ ਆ ਉਹ ਬਿਨਾਂ ਰੁਕਾਵਟ ਜਿਹੜੀ ਹੈਗੀ ਉਹ ਚੱਲ ਰਹੀ ਹੈ, ਅਤੇ ਲੋਕ ਕਿਤੇ ਨਾ ਕਿਤੇ ਦਿਖਾਈ ਦੇ ਰਹੇ ਆਪ ਆਪਣੇ ਆਪ ਵਲੰਟੀਅਰ, ਲੋਕ ਵਲੰਟੀਅਰਲੀ ਇਸ ਚੀਜ਼ ਨੂੰ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਖੁਦ ਉਹਨਾਂ ਨੇ ਆਪਦੇ ਆਪ ਨੂੰ ਘਰਾਂ ਦੇ ਵਿੱਚ ਰਹਿ ਰਹੇ ਆ। ਮੈਂ ਸਮਝਦਾ ਕਿ ਅੱਛਾ ਮੈਸੇਜ ਹੈਗਾ ਜਿਹੜਾ ਕਿ ਇਸ ਪ੍ਰੋਬਲਮ ਨੂੰ ਜਿਹੜਾ ਹੈਗਾ ਕੰਟੇਨ ਕਰਨ ਵਾਸਤੇ। ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ? ਅਸੀਂ ਤਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਦੀ ਜਦੋਂ ਜ਼ਰੂਰਤ ਹੋਵੇ ਉਦੋਂ ਹੀ ਆਪਣੇ ਘਰ ਦੇ ਵਿੱਚ ਨਿਕਲਿਆ ਜਾਵੇ। ਮੋਸਟ ਆਫ ਦਾ ਟਾਈਮ ਜਿਹੜਾ ਹੈਗਾ ਅਨਸੈਸਰੀ ਜਿੰਨਾ ਵੀ ਮੂਵਮੈਂਟ ਹੈਗੀ ਆ ਕੰਟਰੋਲ ਕੀਤੀ ਜਾਵੇ ਉਸ ਚੀਜ਼ ਨੂੰ, ਤਾਂ ਕਿ ਜਿਹੜੀ ਇਸ ਮਹਾਂਮਾਰੀ ਨਾਲ ਨਜਿੱਠ ਸਕੀਏ। ਹਾਂਜੀ, ਜੇਕਰ ਲੋਕ ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਫੈਲਾਈ ਜਾਂਦੇ ਉਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂਜੀ, ਇਹਨਾਂ ਕਰਫਿਊ ਦੌਰਾਨ ਇਸ ਸਾਰੀ ਕਾਰਵਾਈ ਦਾ ਜਾਇਜ਼ਾ ਲਿਆ ਸਾਡੇ ਤਲਵੰਡੀ ਸਾਬੋ ਤੋਂ ਪੱਤਰਕਾਰ ਲਖਵਿੰਦਰ ਸ਼ਰਮਾ ਨੇ। ਖ਼ਬਰਾਂ ਲਵਾਉਣ ਲਈ ਸੰਪਰਕ ਕਰੋ 94 177 55 56।